ਫਰੀਦਕੋਟ ਦੇ ਦਸ਼ਮੇਸ਼ ਸਕੂਲ ਬਾਬਾ ਫਰੀਦ ਸਕੂਲ ਅਤੇ ਕਈ ਹੋਰ ਸਕੂਲਾਂ ਵੱਲੋਂ WhatsApp ਗਰੁੱਪ ਵਿੱਚੋਂ ਬੱਚਿਆਂ ਨੂੰ ਫੀਸ ਨਾ ਦੇਣ ਕਰਕੇ ਕੱਢਿਆ ਜਾ ਰਿਹਾ ਹੈ ਜਿਸ ਕਾਰਨ ਮਾਪਿਆਂ ਵਿੱਚ ਭਾਰੀ ਰੋਸ ਹੈ ਜਿਸ ਦੇ ਚੱਲਦਿਆਂ ਬੱਚਿਆਂ ਦੇ ਮਾਪਿਆਂ ਵੱਲੋਂ ਇਕੱਠੇ ਹੋ ਕੇ ਸਕੂਲਾਂ ਖਿਲਾਫ ਇੱਕ ਮੰਗ ਪੱਤਰ ਸਿੱਖਿਆ ਅਫਸਰ ਨੂੰ ਦਿੱਤਾ ਹੈ ਇਸ ਮੌਕੇ ਸਕੂਲੀ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਲੋਕਡਾਊਨ ਦੌਰਾਨ ਲੋਕਾਂ ਦੇ ਕੰਮ ਧੰਦੇ ਬਿਲਕੁਲ ਠੱਪ ਹੋ ਚੁੱਕੇ ਹਨ ਅਤੇ ਕਈ ਮਾਪੇ ਅਜਿਹੇ ਵੀ ਹਨ ਜੋ ਸਕੂਲ ਦੀ ਫੀਸ ਦੇਣ ਵਿੱਚ ਅਸਮਰਥ ਹਨ पर निजी स्कूल पूरी स्कूल फीस लैण ते अड़िया होया है। समस्या यह आ रही है जी, अजक बच्चों की सारा की पढ़ाई ऑनलाइन चल रही है। इन्होंने लगभग शुक्र तो शुक्रवार तो बच्चों अपने ग्रुप में ऑनलाइन यानी कि बाहर कढ़ दिता है। वह कहते हैं कि अपनी सोमवार तो अपनी फीस जमा करवाओ, यानी कि सरकार कह रही है कि फीस जमा कराने की कोई जरूरत नहीं है। एक पास ये कह रहे हैं कि फीसा जमा करवाओ, सानू समझ नहीं आ रही। हुण साडे बच्चे जिहड़े ने ਉਹ ਇਸ ਕਰਕੇ ਡਿਪਰੈਸ਼ਨ 'ਚ ਆਏ ਪਏ ਨੇ ਵੀ ਸਾਨੂੰ ਪੇਪਰ ਐਗਜ਼ਾਮ ਸਟਾਰਟ ਹੋ ਰਹੇ ਹੈ। ਉਹ ਇੱਕ ਸਕੂਲ ਵਾਲਿਆਂ ਦੀ ਇਹ ਸਕੀਮ ਹੈ ਕਿ ਵੀ ਇਹਨਾਂ ਨੂੰ ਇੱਕ ਦਿਨ ਗਰੁੱਪ ਵਿੱਚੋਂ ਐਡਿਟ ਕੀਤਾ ਜਾਵੇ ਤਾਂ ਕਿ ਇਹ ਤੁਰੰਤ ਫਟਾਫਟ ਫੀਸ ਜਮ੍ਹਾਂ ਕਰਾਉਣ ਲਈ ਪਹੁੰਚਣ ਸਾਡੇ ਕੋਲ। ਪਰ ਸਾਨੂੰ ਦੱਸਿਆ ਜਾਵੇ ਕਿ ਫੀਸ ਭਰਨੀ ਹੈ ਜਾਂ ਨਹੀਂ ਭਰਨੀ, ਹਾਲਾਂਕਿ ਇਹ ਸਮਝ ਨਹੀਂ ਆ ਰਹੀ। ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਉਸ ਹਿਸਾਬ ਨਾਲ ਕਈ ਪੇਰੈਂਟਸ ਨੂੰ ਫੀਸ ਭਰਨੀ ਬਹੁਤ ਹੀ ਮੁਸ਼ਕਲ ਹੋ ਰਹੀ ਹੈ ਅੱਜ ਦੇ ਦਿਨਾਂ ਵਿੱਚ। ਬੱਚੇ ਕਿੰਨੇ ਜਿਨ੍ਹਾਂ ਨੂੰ ਗਰੁੱਪ ਵਿੱਚੋਂ ਕਾਫੀ ਬੱਚਿਆਂ ਨੂੰ ਵਿੱਚੋਂ ਜਿਨ੍ਹਾਂ ਨੂੰ ਬਾਹਰ ਕੱਢਿਆ ਜਾ ਰਿਹਾ, ਕਮ ਸੇ ਕਮ ਗਰੁੱਪ ਵਿੱਚ ਹਾਲੇ ਤੱਕ ਤਾਂ 10-12 ਬੱਚੇ ਬਾਹਰ ਕੱਢੇ ਗਏ ਨੇ। ਹੋ ਸਕਦਾ ਹਾਲੇ ਤੱਕ ਸਕੂਲ ਵਿੱਚ ਬਹੁਤ ਹੀ ਘੱਟ ਫੀਸ ਜਮ੍ਹਾਂ ਹੋ ਰਹੀ ਹੈ। ਹੁਣ ਸਾਡੀ ਮੰਗ ਇਹੀ ਹੈ ਕਿ ਛੇਤੀ ਤੋਂ ਛੇਤੀ ਸਮੱਸਿਆ ਦਾ ਹੱਲ ਕੀਤਾ ਜਾਵੇ ਅਤੇ ਸਾਡੇ ਬੱਚਿਆਂ ਨੂੰ ਗਰੁੱਪ ਵਿੱਚ ਐਡ ਕੀਤਾ ਜਾਵੇ ਤਾਂ ਕਿ ਉਹਨਾਂ ਦੀ ਪੜ੍ਹਾਈ ਰੈਗੂਲਰ ਚੱਲਦੀ ਰਹੇ, ਉਹ ਪੜ੍ਹਾਈ ਤੋਂ ਵਾਂਝੇ ਨਾ ਰਹਿਣ। ਸੇ ਆ ਰਹੀ ਹੈ ਜੀ ਕਿ ਦਸ਼ਮੇਸ਼ ਪਬਲਿਕ ਸਕੂਲ ਫਰੀਦਕੋਟ, ਜਿਨ੍ਹਾਂ ਨੇ ਅੱਜ ਪੇਪਰ ਸ਼ੁਰੂ ਹੋਣੇ ਸੀ ਸਕੂਲ ਦੇ ਵਿੱਚ, ਇਹਨਾਂ ਨੇ ਦੋ ਦਿਨ ਪਹਿਲਾਂ ਹੀ ਬੱਚਿਆਂ ਦੇ ਨਾਮ ਜਿਹੜੇ ਔਨਲਾਈਨ ਪੜ੍ਹਾਈ ਦੇ ਵਿੱਚੋਂ ਵੀ ਜਿਹੜੇ ਅੱਜ ਪੇਪਰ ਸ਼ੁਰੂ ਹੋਣੇ ਸੀ ਉਹਨਾਂ 'ਚੋਂ ਨਾਮ ਕਰ ਦਿੱਤਾ ਗਿਆ। ਬੱਚੇ ਸਾਡੇ ਪਰੇਸ਼ਾਨ, ਫੀਸਾਂ ਭਰੋ, ਸਿੱਧੀ ਧਮਕੀ ਵੀ ਜੇ ਫੀਸ ਨਹੀਂ ਭਰੋਗੇ ਤਾਂ ਬੱਚੇ ਨੂੰ ਬਾਹਰ ਕੱਢ ਦਿੱਤਾ ਜਾਏਗਾ ਪੇਪਰਾਂ ਵਿੱਚੋਂ। ਇਹ ਸਾਡੇ ਨਾਲ ਧੱਕਾ ਹੋ ਰਿਹਾ। ਪ੍ਰਿੰਸੀਪਲ ਨੀਰੂ ਗਾਂਧੀ ਮੈਡਮ ਜਿਹੜੇ ਦਸ਼ਮੇਸ਼ ਸਕੂਲ ਦੇ ਹੈ ਉਹ ਸਾਡੀ ਸੁਣਵਾਈ ਨਹੀਂ ਕਰ ਰਹੇ ਗੇ। ਜੇ ਅਸੀਂ ਗੱਲ ਕਰਦੇ ਹਾਂ ਜੀ ਮੈਡਮ ਨਾਲ, ਅੱਗੋਂ ਕਹਿੰਦੇ ਆ ਜੀ ਤੁਸੀਂ ਸਕੂਲ ਦੇ ਸਟਾਫ ਨਾਲ ਗੱਲ ਕਰੋ, ਅਤੇ ਸਕੂਲ ਦਾ ਸਟਾਫ ਕਹਿੰਦਾ ਜੀ ਸਾਨੂੰ ਵਿੱਚ ਨਾ ਪਾਓ ਜੀ, ਤੁਸੀਂ ਸਿੱਧਾ ਡਾਇਰੈਕਟ ਮੈਡਮ ਨਾਲ ਗੱਲ ਕਰੋ, ਹਲਫੀਆ ਬਿਆਨ ਲਿਖ ਕੇ ਦਿਓ, ਆਰਟੀਆਈ ਭਰੋ, ਘੋਸ਼ਣਾ ਪੱਤਰ ਲਿਖੋ, ਹਲਫੀਆ ਬਿਆਨ ਲਿਖੋ ਵੀ ਅਸੀਂ ਫੀਸਾਂ ਨਹੀਂ ਦੇ ਸਕਦੇ ਜੀ, ਫਲਾਨਾ ਨਹੀਂ ਕਰ ਸਕਦੇ, ਕੀ ਕਰੀਏ ਦੱਸੋ, ਲੋਕਡਾਊਨ ਹੈ, ਸਭ ਕੁਝ ਬੰਦ ਪਿਆ। ਪਿਛਲੇ ਕੁਝ ਦਿਨਾਂ ਦੇ ਵਿੱਚ ਕੋਟਕਪੁਰਾ ਦੇ ਵਿੱਚ ਪ੍ਰਾਈਵੇਟ ਸਕੂਲਾਂ ਨੇ ਕੁਝ ਔਨਲਾਈਨ ਜੋ ਗਰੁੱਪ ਬਣੇ ਸੀ WhatsApp ਦੇ ਉਹਦੇ ਵਿੱਚੋਂ ਬੱਚਿਆਂ ਨੂੰ ਕੱਢ ਦਿੱਤਾ ਗਿਆ। ਕਰੀਬ 50-60% ਬੱਚੇ ਐਸੇ ਹੈ ਜਿਹੜੇ ਫੀਸ ਨਹੀਂ ਭਰ ਸਕੇ ਸਨ ਅਤੇ ਪਰ ਉਹਨਾਂ ਨੂੰ ਹੁਣ ਗਰੁੱਪ 'ਚੋਂ ਬਾਹਰ ਕੱਢ ਦਿੱਤਾ, ਉਹਨਾਂ ਨੂੰ ਵਿੱਦਿਆ ਤੋਂ ਹੀਣ ਕਰ ਦਿੱਤਾ, ਵਾਂਝੇ ਕਰ ਦਿੱਤਾ। ਦੇਸ਼ ਦੇ ਵਿੱਚ ਐਜੂਕੇਸ਼ਨ ਰਾਈਟ ਚੱਲ ਰਹੇ ਨੇ ਪਰ ਉਹਨਾਂ ਬੱਚਿਆਂ ਨੂੰ ਐਜੂਕੇਸ਼ਨ ਤੋਂ ਵਾਂਝੇ ਕਰ ਦਿੱਤਾ। ਅਸੀਂ ਅੱਜ ਕੋਟਕਪੁਰਾ ਦੇ ਵਿੱਚ SDM ਸਾਹਿਬ ਨੂੰ ਮੈਮੋਰੈਂਡਮ ਦੇਣ ਲਈ ਇਕੱਠੇ ਹੋਏ ਹਾਂ। ਸਾਡਾ ਮਕਸਦ ਇਹ ਹੈ ਵੀ SDM ਸਾਹਿਬ ਨੂੰ ਇਸ ਗੱਲ ਦੀ ਜਾਣਕਾਰੀ ਦੇ ਕੇ ਸਕੂਲਾਂ ਦੇ ਵਿੱਚ ਜੋ ਗਰੁੱਪ ਬਣੇ ਆ ਉਹਨਾਂ ਦੇ ਵਿੱਚ ਵਾਪਸ ਬੱਚਿਆਂ ਨੂੰ ਐਂਟਰੀ ਕਰਵਾਈ ਜਾਵੇ ਅਤੇ ਜੋ ਇਹ ਖਰਚੇ ਮੰਗ ਰਹੇ ਨੇ ਬੱਚਿਆਂ ਤੋਂ ਜੋ ਕਿ ਇੰਨੇ ਬਣਦੇ ਨਹੀਂ ਨੇ, ਕੋਰਟ ਦਾ ਮਾਨਯੋਗ ਕੋਰਟ ਦਾ ਫੈਸਲਾ ਹੈ ਕਿ ਖਰਚਿਆਂ ਦਾ ਮੁਲਾਂਕਣ ਕਰਕੇ ਫੀਸ ਲਓ, ਪਰ ਇਹ ਕੋਈ ਮੁਲਾਂਕਣ ਨਹੀਂ ਕਰ ਰਹੇ, 100% ਫੀਸ ਹੀ ਮੰਗ ਰਹੇ ਨੇ। ਅਸੀਂ ਇਸ ਗੱਲ 'ਤੇ ਵਿਰੋਧ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਥੋੜ੍ਹਾ ਇੰਟਰਫੇਅਰ ਕਰੇ, ਆਰਡੀਨੈਂਸ ਲਿਆਵੇ ਅਤੇ ਸਕੂਲਾਂ 'ਤੇ ਥੋੜ੍ਹੀ ਨੱਥ ਪਾਵੇ, ਨਹੀਂ ਤਾਂ ਕੀ ਹੈ ਵੀ ਮਾਪੇ ਪਹਿਲਾਂ ਹੀ ਆਮਦਨ ਘਟੀ ਗਈ ਹੈ ਅਤੇ ਉਹ ਰੁਲ ਜਾਣਗੇ। 98% ਲੋਕ ਤਰਾਸਦ ਰਹੇ, ਸਰਕਾਰ ਉਹਨਾਂ ਦਾ ਖਿਆਲ ਰੱਖੇ, 2% ਨਾਲ ਕਦੇ ਸਰਕਾਰਾਂ ਨਹੀਂ ਬਣਦੀਆਂ। ਪੰਜਾਬ ਸਰਕਾਰ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਦੇਖੋ ਜੀ, ਨਿੱਜੀ ਸਕੂਲ ਸਰਕਾਰ ਦੀ ਸਰਪ੍ਰਸਤੀ ਹੇਠ ਸਰਕਾਰ ਨਾਲ ਮਿਲ ਕੇ ਭੋਲੇ ਭਾਲੇ ਜਿਹੜੇ ਸ਼ਹਿਰੀ ਆ ਉਹਨਾਂ ਨੂੰ ਲੁੱਟ ਰਹੇ ਆ। ਜੇ ਗੁਜਰਾਤ ਸਰਕਾਰ ਫੈਸਲਾ ਲੈ ਸਕਦੀ ਹੈ ਵੀ ਜੇ ਸਕੂਲ ਨਹੀਂ ਲੱਗਣੇ ਤਾਂ ਕੋਈ ਫੀਸ ਨਹੀਂ, ਤਾਂ ਪੰਜਾਬ ਸਰਕਾਰ ਨੂੰ ਕੀ ਹਰਜ ਹੈ? ਸੋ ਅਸੀਂ ਇਹ ਮੰਗ ਕਰਦੇ ਹਾਂ ਵੀ ਜਿਹੜੇ ਜਿਨ੍ਹਾਂ ਦਾ ਕੰਮ ਹੀ ਨਹੀਂ ਚੱਲਿਆ, ਰੋਟੀ ਤਾਂ ਉਹਨਾਂ ਨੂੰ ਨਸੀਬ ਨਹੀਂ ਹੁੰਦੀ, ਬੱਚਿਆਂ ਦੀ ਫੀਸ ਕਿੱਥੋਂ ਭਰ ਦੇਣਗੇ? ਸੋ ਇਹ ਸਰਕਾਰ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਭਾਵੇਂ ਸਕੂਲਾਂ ਨਾਲ ਗੱਲ ਕਰਨ, ਉਹਨਾਂ ਦੇ ਰਿਜ਼ਰਵ ਫੰਡ ਨੂੰ ਰਿਲੀਜ਼ ਕਰਨ, ਜਿਸ ਤਰ੍ਹਾਂ ਵੀ ਕਰਨ, ਬੱਚਿਆਂ ਦੀ ਪੜ੍ਹਾਈ ਦੇ ਵਿੱਚ ਕੋਈ ਵਿਘਨ ਨਹੀਂ ਪੈਣਾ ਚਾਹੀਦਾ। ਜਦੋਂ ਇਸ ਸੰਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਿੱਖਿਆ ਮੰਤਰੀ ਦੇ ਵੱਲੋਂ ਸਖ਼ਤ ਆਦੇਸ਼ ਹਨ ਕਿ ਕੋਈ ਵੀ ਸਕੂਲ ਬੱਚਿਆਂ 'ਤੇ ਫੀਸ ਨੂੰ ਲੈ ਕੇ ਦਬਾਅ ਨਹੀਂ ਪਾ ਸਕਦਾ ਅਤੇ ਜੇਕਰ ਕਿਸੇ ਸਕੂਲ ਦੇ ਪ੍ਰਤੀ ਸ਼ਿਕਾਇਤ ਮਿਲਦੀ ਹੈ ਤਾਂ ਤੁਰੰਤ ਇਸ ਦੀ ਜਾਂਚ ਕੀਤੀ ਜਾਵੇਗੀ। ਸਿੱਖਿਆ ਵਿਭਾਗ ਨੇ ਇੱਕ ਸਾਡਾ ਈ ਪੰਜਾਬ ਪੋਰਟਲ ਦੇ ਉੱਤੇ ਲਿੰਕ ਕ੍ਰੀਏਟ ਕੀਤਾ ਜਿਹਦੇ ਵਿੱਚ ਮਾਂ ਪਿਓ ਜਾ ਕੇ ਉੱਥੇ ਵੀ ਆਪਣੀ ਜਿਹੜੀ ਹੈ ਸ਼ਿਕਾਇਤ ਨੂੰ ਦਰਜ ਕਰਾ ਸਕਦੇ ਆ। ਉਸ ਤੋਂ ਬਾਅਦ ਫਿਰ ਅਸੀਂ ਜਿਸ ਤਰ੍ਹਾਂ ਦੀ ਸ਼ਿਕਾਇਤ ਹੋਈ ਉਹਦੇ 'ਤੇ ਕਾਰਵਾਈ ਕਰਾਂਗੇ। ਸਾਡੇ ਸਿੱਖਿਆ ਮੰਤਰੀ ਸਾਹਿਬ ਨੇ ਕਿਹਾ ਹੀ ਹੈ ਸਾਨੂੰ ਕਿ ਇਸ ਤਰ੍ਹਾਂ ਦਾ ਉਹ ਬੱਚਿਆਂ ਨਾਲ ਕੁਛ ਨਹੀਂ ਕਰ ਸਕਦੇ, ਨਾ ਉਹਨਾਂ ਦਾ ਨਾਂ ਕੱਟ ਸਕਦੇ, ਨਾ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਸਕਦੇ ਆ। ਫਰੀਦਕੋਟ ਤੋਂ ਮੀਤ ਸਿੰਘ ਦੀ ਰਿਪੋਰਟ। ਜੇਕਰ ਤੁਸੀਂ ਦਰ-ਦਰ ਦੀਆਂ ਠੋਕਰਾਂ ਖਾ ਕੇ ਪਰੇਸ਼ਾਨ ਹੋ ਚੁੱਕੇ ਹੋ ਤਾਂ ਹੁਣ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ।
क्योंकि गुरु जी करनगे थोड़ी हर समस्या का हल, वह भी सिर्फ 24 घंटे। स्पेशलिस्ट वशीकरण लव मैरिज कोर्ट कचहरी, विदेश यात्रा, कर्जे तो छुटकारा, बीमारी विच दवाई ना लगना, पति पत्नी विच अनबन, कीता कराया मनचाया वशीकरण, मनचाया प्यार, गुरु जी करनगे थोड़ी हर समस्या का हल, 101% गारंटी नाल। एक फोन थोड़ी बदल सकता है जिंदगी, हुणे कॉल करो 98725-69435, 97972-70216।